ਮਾਂ ਸਤਿ ਸ੍ਰੀ ਅਕਾਲ, ਹੋਰ ਠੀਕ ਹੋ? ਹੈਪੀ ਬਰਥਡੇ ਟੂ ਯੂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਸਾਡੀਆਂ ਦੋ ਮਾਵਾਂ ਦਾ ਜਨਮ ਦਿਨ ਹੈ ਜੀ। ਇੱਕ ਉਹ ਮਾਂ ਜਿਹਨੇ ਜਨਮ ਦਿੱਤਾ, ਇੱਕ ਉਹ ਮਾਂ ਜਿਹਨੂੰ ਜਨਮ ਦੇਣ ਵਾਲੇ ਨੇ ਸਾਨੂੰ ਸਾਡੇ ਨਾਲ ਮਿਲਾਇਆ, ਜਿਹਨੂੰ ਜਨਮ ਦਿੱਤਾ ਸੀ ਇਸ ਮਾਂ ਨੇ। ਸੱਚੇ ਪਾਤਸ਼ਾਹ ਕਿਰਪਾ ਕਰਨ, ਆਸ਼ਾ ਰਾਣੀ ਵਰਮਾ ਮਾਂ ਜੀ ਦਾ ਅੱਜ ਜਨਮਦਿਨ ਮਨਾ ਰਿਹਾ, ਨਾਲ ਮੇਰੀ ਮਾਂ ਸੁਦਰਸ਼ਨ ਕੌਰ ਜੀ ਦਾ ਵੀ ਜਨਮਦਿਨ ਅੱਜ, ਅਤੇ ਨਾਲ ਪਵਨ ਮਾਂ ਵੀ ਖੜ੍ਹੇ ਸਾਡੇ ਮਾਤਾ। ਅਤੇ ਵਾਹਿਗੁਰੂ ਕਿਰਪਾ ਕਰਨ ਸਾਡੀਆਂ ਇਹਨਾਂ ਮਾਵਾਂ ਨੂੰ ਸਦਾ ਖੁਸ਼ ਸੁਖੀ ਚੜ੍ਹਦੀ ਕਲਾ ਵਿੱਚ ਰੱਖਣ ਸੱਚੇ ਪਾਤਸ਼ਾਹ। ਅੱਜ ਇੱਕ ਮਿਸਾਲ ਵੀ ਆ ਸਾਡੇ ਵਾਸਤੇ ਵੀ ਸਾਡੀਆਂ ਇਹਨਾਂ ਮਾਵਾਂ ਨੇ ਸਾਡੇ ਲਈ ਕਿੰਨੀਆਂ ਕੁਰਬਾਨੀਆਂ, ਕਿੰਨੀਆਂ ਤਕਲੀਫਾਂ ਝੱਲੀਆਂ। ਪੰਜਾਬ ਦੀਆਂ ਇਹਨਾਂ ਸ਼ੇਰਨੀਆਂ ਮਾਵਾਂ ਨੂੰ ਇੰਨੇ ਦੁੱਖ ਵੀ ਝੱਲਣੇ ਪੈਂਦੇ ਆ ਕਈ ਵਾਰ, ਜਿੱਦਾਂ ਕਿ ਆਸ਼ਾ ਰਾਣੀ ਵਰਮਾ ਮਾਤਾ ਜੀ ਨੇ ਆਪਣੇ ਸਰੀਰ 'ਤੇ ਹੰਢਾਈਆਂ, ਅੱਜ ਪਰ ਇਹ ਆਪਣੇ ਪੈਰਾਂ 'ਤੇ ਆ। ਇਹਦੀ ਧੀ ਦਾ ਥੈਂਕ ਯੂ ਆ, ਜਵਾਈ ਜਵਾਈ ਨਹੀਂ ਮੈਂ ਪੋਤੀ ਕਹਾਂਗਾ, ਮਹਿਤਾ ਜੀ ਦਾ ਸੋਰੀ, ਅਤੇ ਜਿਨ੍ਹਾਂ ਨੇ ਆਪਣੀ ਮਾਂ ਹੋਣ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਬਖੂਬੀ ਨਿਭਾਈ, ਆਪਣੀ ਉਸ ਰਿਸ਼ਤੇ ਦੀ ਲਾਜ ਰੱਖੀ ਜਿਹਦੇ ਪਿੱਛੇ ਐਡੀ ਵੱਡੀ, ਮਤਲਬ ਇੱਕ ਦੁਸ਼ਮਣੀ ਕਹਾਂਗੇ ਮੁੱਲ ਲੈਣ ਵਾਲੀ ਗੱਲ ਹੋ ਜਾਂਦੀ ਹੈ ਜਦੋਂ ਆਪਾਂ ਕਿਸੇ ਦੇ ਅੰਗੇਸਟ ਖੜ੍ਹੇ ਹੁੰਦੇ ਹਾਂ। ਥੈਂਕ ਯੂ ਆ ਭੈਣ ਸਾਡੀ ਦਾ, ਦੀਪ ਸ਼ਿਖਾ ਦਾ, ਅਤੇ ਬੱਚੀਆਂ ਦਾ ਦੋਨੋਂ, ਕਿਉਂਕਿ ਕ੍ਰਿਸ਼ਕਾ ਅਤੇ ਔਰ ਅਸ਼ੇਨ ਨੇ ਦੋਨਾਂ ਨੇ ਵੀ ਆਪਣੀ ਨਾਨੀ ਨੂੰ ਬਹੁਤ ਪਿਆਰ ਕੀਤਾ, ਜਿਹਦੇ ਸਦਕੇ ਅੱਜ ਨਾਨੀ ਪੈਰਾਂ 'ਤੇ ਖੜ੍ਹੀ ਹੋ ਗਈ। ਜਿਸ ਦਿਨ ਲੈ ਕੇ ਗਏ ਸੀਗੇ ਵੀਲਚੇਅਰ 'ਤੇ ਸੀ, ਅੱਜ ਤੁਰ ਕੇ ਆਏ ਨੇ ਮਾਤਾ ਜੀ। ਪਹਿਲਾਂ ਤਾਂ ਮਤਲਬ ਕੇਕ ਫੂਕ ਮਾਰ ਦਿਉ ਮਾੜੀ ਜੀ, ਕੇਕ 'ਤੇ ਮਾਂ ਤੁਸੀਂ ਮਾਰੋ ਇੱਕ 'ਤੇ, ਦੋਨੇ ਜਾਣੀ ਇੱਕ, ਅੱਜ ਮੈਂ ਹੱਥ ਫੜਦਾ, ਹਾਂ ਹੱਥ ਲਾ ਲਓ ਇੱਥੇ, ਮਾਰ ਦਿਉ ਫੂਕ ਮਾਰ ਦਿਉ ਬਈ, ਤਾੜੀਆਂ। ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਟੂ ਯੂ, ਹੈਪੀ ਬਰਥਡੇ ਮਾਂ, ਹੈਪੀ ਬਰਥਡੇ ਮਾਂ, ਹੈਪੀ ਬਰਥਡੇ ਮਾਂ। ਵਾਹ ਜੀ ਵਾਹ, ਤਾੜੀਆਂ ਤਾੜੀਆਂ। ਖੁਸ਼ ਨੇ ਪੂਰੇ ਬੱਚੇ, ਹਾਂ ਤੇਰੀ ਨੂੰ। ਅੱਜ ਸਾਡੇ ਲਈ, ਸਾਡੇ ਸੁਪਨਿਆਂ ਦੇ ਘਰ ਲਈ ਇਹ ਖੁਸ਼ੀ ਦੇ ਪਲ ਨੇ, ਪਰ ਇੱਕ ਅਸੀਂ ਦੁੱਖ ਵੀ ਸਾਂਝਾ ਕਰਨਾ ਚਾਹੁੰਦੇ ਹਾਂ। ਸਾਡੇ ਮਾਤਾ ਜੀ ਆਸ਼ਾ ਰਾਣੀ ਵਰਮਾ ਜੀ ਦੇ, ਜਿਹੜੇ ਜਿਵੇਂ ਟੈਂਸੀ ਭੈਣ ਦੇ ਭੂਆ ਜੀ ਦੇ ਬੇਟੇ ਦੀ ਡੈਥ ਹੋ ਗਈ ਕੁਛ ਦਿਨ ਪਹਿਲਾਂ, ਇਹ ਨਹੀਂ ਸੀ ਚਾਹੁੰਦੇ ਵੀ ਇਸ ਤਰ੍ਹਾਂ ਅਸੀਂ ਬਰਥਡੇ ਸੈਲੀਬ੍ਰੇਟ ਕਰੀਏ, ਅਤੇ ਸਾਨੂੰ ਵੀ ਨਹੀਂ ਸੀ ਪਤਾ ਇਹ ਗੱਲ ਦਾ, ਅਤੇ ਇੱਥੇ ਆਇਆਂ ਤੋਂ ਇਹਨਾਂ ਦੇ ਪਤਾ ਲੱਗਿਆ, ਅਤੇ ਅਸੀਂ ਇੱਥੇ ਜਦ ਤੱਕ ਤਿਆਰੀ ਕਰਾ ਲਈ ਸੀ ਵੀ 6 ਤਰੀਕ ਦਾ ਸਾਨੂੰ ਪਤਾ ਸੀ ਮਾਤਾ ਦਾ ਬਰਥਡੇ ਆ, ਅਤੇ ਭੈਣ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਅਸੀਂ ਆਵਾਂਗੇ ਬਰਥਡੇ 'ਤੇ। ਸਾਨੂੰ ਵੀ ਬੜੀ ਮਤਲਬ ਅਚੇਚੀ ਇੱਕ ਅੜੀਕ ਸੀ ਮਾਂ ਦੇ ਜਨਮਦਿਨ ਦੀ, ਕਿਉਂਕਿ ਅਸੀਂ ਵੀ ਚਾਹੁੰਦੇ ਸੀ ਸੰਗਤ ਨੂੰ ਵੀ ਲੋਕਾਂ ਨੂੰ ਵੀ ਪਤਾ ਲੱਗੇ ਵੀ ਹੁਣ ਆਸ਼ਾ ਰਾਣੀ ਵਰਮਾ ਮਾਂ ਕਿੱਦਾਂ ਕਿਵੇਂ ਆ, ਕਿਹੜੇ ਹਾਲਾਤਾਂ 'ਚ ਆ, ਖੁਸ਼ ਆ ਕਿ ਨਹੀਂ ਖੁਸ਼। ਮਾਤਾ ਜੀ ਬਹੁਤ ਹੀ ਜ਼ਿਆਦਾ ਖੁਸ਼ ਨੇ, ਤੰਦਰੁਸਤ ਨੇ, ਚੜ੍ਹਦੀ ਕਲਾ 'ਚ ਨੇ, ਅਤੇ ਇੱਕ ਜਿਹੜੀ ਇੱਕ ਕਸਕ ਹੁੰਦੀ ਆ ਦਿਲ ਦੇ ਵਿੱਚ। ਆ ਲੈ ਮਾਂ, ਮਾਂ ਤੁਸੀਂ ਖਵਾਇਓ ਮਾਤਾ ਨੂੰ।
ਹੈਪੀ ਬਰਥਡੇ ਟੂ ਲੈ ਮਾਂ ਤੁਸੀਂ ਖਵਾ ਦਿਓ ਆਪਣੇ ਇੱਧਰ 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 ਤਾੜੀਆਂ ਇਸ ਮਾਂ ਨੇ ਆਪਣੀ ਨੇ ਆਪਣੇ ਪਿੰਡੇ 'ਤੇ ਹੰਢਾਈਆਂ ਜਿਹੜੀਆਂ ਉਹਨਾਂ ਨੂੰ ਵੀ ਛੇਤੀ ਛੇਤੀ ਇਹ ਭੁੱਲ ਸਕੇ ਉਹਨਾਂ ਤਕਲੀਫਾਂ ਨੂੰ ਇਹਦੀਆਂ ਨੂੰ ਦੂਰ ਹੋ ਸਕਣ ਅਸੀਂ ਇਹਦੇ 'ਚ ਇੱਕ ਹੋਰ ਵੀ ਬੇਨਤੀ ਕਰਦੇ ਹਾਂ ਮੈਂ ਸ਼ਾਇਦ ਭੈਣ ਉਹਨਾਂ ਨੂੰ ਵੀ ਪਤਾ ਨਹੀਂ ਠੀਕ ਲੱਗੂ ਜਾਂ ਕਿਵੇਂ ਆ ਵੀ ਇਹਨਾਂ ਦਾ ਬ੍ਰਦਰ ਆ ਜਿਹੜਾ ਮਾਤਾ ਜੀ ਦਾ ਬੇਟਾ ਅੱਜ ਵੀ ਜੇਲ੍ਹ 'ਚ ਆ ਹਜੇ ਅੰਕੁਰ ਵਰਮਾ ਅਤੇ ਅਸੀਂ ਚਾਹੁੰਦੇ ਹਾਂ ਵੀ ਹੁਣ ਉਹ ਬਾਹਰ ਆ ਜਾਵੇ ਅਤੇ ਕਿਉਂਕਿ ਇੱਕ ਮਾਂ ਵਾ ਨਾ ਜਿਹੜੀ ਅਤੇ ਮਾਂ ਵੀ ਆਪਣੇ ਪੁੱਤ ਦਾ ਕਦੇ ਮਾੜਾ ਨਹੀਂ ਚਾਹੁੰਦੀ ਜਿੱਦਾਂ ਵੀ ਮਾੜਾ ਚੰਗਾ ਧੀ ਪੁੱਤ ਜਿਹੋ ਜਿਹਾ ਮਰਜ਼ੀ ਹੋਵੇ ਮਾਂ ਕਦੇ ਕਮਾਂ ਨਹੀਂ ਹੁੰਦੀ ਮਾਂ ਦੁਸ਼ਮਣ ਨਹੀਂ ਬਣਦੀ ਆਪਣੇ ਬੱਚਿਆਂ ਦਾ ਅਤੇ ਅੱਜ ਵੀ ਇਸ ਮਾਂ ਦੀ ਇਸ ਪੀੜਾ ਨੂੰ ਚਾਹੇ ਇਹਨੇ ਆਪਣੇ ਮੂੰਹ 'ਤੇ ਨਹੀਂ ਲਿਆਂਦੀ ਗੱਲ ਇਹ ਚਾਹੇ ਇਹਨੇ ਅੱਜ ਤੱਕ ਨਾ ਤਾਂ ਇਹ ਕਿਹਾ ਮਾੜਾ ਉਹਨੂੰ ਇੱਕ ਵੀ ਮੂੰਹੋਂ ਲਫ਼ਜ਼ ਨਹੀਂ ਮਾੜਾ ਬੋਲਿਆ ਪਰ ਜੋ ਇਹਨੇ ਕਿਹਾ ਉਹ ਭੁੱਲਣ ਯੋਗ ਉਹ ਦੱਸਣ ਯੋਗ ਉਹ ਦੇਖਣ ਯੋਗ ਵੀ ਨਹੀਂ ਸੀ ਦੇਖਿਆ ਵੀ ਨਹੀਂ ਸੀ ਜਾਂਦਾ ਉਸ ਟਾਈਮ ਆਪਾਂ ਸਾਰਿਆਂ ਨੇ ਉਹਨਾਂ ਵੀਡੀਓਜ਼ ਨੂੰ ਦੇਖਿਆ ਪਰ ਇੰਨੇ ਟਾਈਮ ਤੋਂ ਲੰਬੇ ਸਮੇਂ ਤੋਂ ਜੇਲ੍ਹ 'ਚ ਆ ਕੋਈ ਉਹਨੂੰ ਵਕੀਲ ਨਹੀਂ ਮਿਲ ਰਿਹਾ ਉਹਨੂੰ ਡਿਸਮਿਸ ਕਰਤਾ ਉਹਦੀ ਕੋਰਟ ਕਚਹਿਰੀ ਦੇ ਵਿੱਚੋਂ ਵੀ ਉਹਦੀ ਵਾਈਫ ਨੂੰ ਵੀ ਜੋਬ ਤੋਂ ਲਾਹਤਾ ਉਹਦੇ ਬੱਚੇ ਅਤੇ ਉਹਦੀ ਵਾਈਫ ਸਾਡੇ ਕੋਲ ਇੱਥੇ ਆਏ ਵੀ ਸੀਗੇ ਪਰ ਸਾਡੀ ਇੱਕ ਉਹਨਾਂ ਨੂੰ ਵੀ ਬੇਨਤੀ ਹੱਥ ਜੋੜ ਕੇ ਉਹ ਹਜੇ ਵੀ ਕੋਈ ਗੱਲ ਕਹੀ ਜਾਂਦੇ ਆ ਵੀ ਇਹ ਜੀ ਮਾਤਾ ਦੀ ਕੁੱਟਮਾਰ ਦੀ ਨਹੀਂ ਸੀ ਗੱਲ ਇਹ ਤਾਂ ਉਹਨਾਂ ਦੀ ਬੇਟੀ ਪ੍ਰੋਪਰਟੀ ਦੀ ਮਾਰੀ ਕਰਦੀ ਆ ਵੀ ਪ੍ਰੋਪਰਟੀ ਦਾ ਮਸਲਾ ਵਾ ਉਹਨਾਂ ਨੂੰ ਵੀ ਅਸੀਂ ਉਹਨਾਂ ਨੂੰ ਉੱਦਣ ਵੀ ਕਹਿ ਕੇ ਭੇਜਿਆ ਸੀ ਇੱਥੋਂ ਸਾਡੇ ਕੋਲ ਆ ਕੇ ਗਏ ਆ ਬੱਚੇ ਵੀ ਆਏ ਸੀਗੇ ਉਹਨਾਂ ਦੇ ਨੂੰਹ ਵੀ ਆਈ ਸੀ ਪੁੱਤ ਉੱਧਰ ਨੂੰ ਲੈ ਜਾ ਦੋ ਮਿੰਟ ਅਤੇ ਇਹਨਾਂ ਦੇ ਨਾਲ ਉਹਨਾਂ ਦੇ ਹੋਰ ਰਿਸ਼ਤੇਦਾਰ ਵੀ ਆਏ ਸੀ ਉਸ ਦਿਨ ਵੀ ਉਹਨਾਂ ਨੇ ਸਾਨੂੰ ਇਹੀ ਗੱਲ ਕੀਤੀ ਵੀ 15 ਲੱਖ ਦੀ ਦੂਜੀ ਜਿਹੜੀ ਹੈਗੀ ਐਫ ਡੀ ਉਹ ਅਸੀਂ ਦੇ ਦਿੰਦੇ ਹਾਂ ਟੈਂਸੀ ਨੂੰ ਕਹੋ ਇੱਦਾਂ ਕਰ ਲਵੇ ਪਰ ਗੱਲ ਇੱਥੇ ਟੈਂਸੀ ਦੀ ਪੈਸਿਆਂ ਦੀ ਨਹੀਂ ਸੀ ਟੈਂਸੀ ਉਸ ਦਿਨ ਵੀ ਨਹੀਂ ਭੈਣ ਚੋਣ ਟੈਂਸੀ ਮਤਲਬ ਦੀਪ ਸ਼ਿਖਾ ਭੈਣ ਇਹ ਉਸ ਦਿਨ ਵੀ ਡਰ ਗਈ ਸੀ ਜਦੋਂ ਇਹਨੂੰ ਪਤਾ ਲੱਗਿਆ ਮੇਰੇ ਬ੍ਰਦਰ ਨੂੰ ਜੇਲ੍ਹ ਜਾਣਾ ਪਊਗਾ ਕਿਉਂਕਿ ਭੈਣ ਚਾਹੇ ਜਿਵੇਂ ਮਰਜ਼ੀ ਹੈ ਮਾੜਾ ਚੰਗਾ ਭਰਾ ਉਹ ਨਹੀਂ ਸੀ ਚਾਹੁੰਦੀ ਵੀ ਇੱਦਾਂ ਹੋਊਗਾ ਇੰਨਾ ਜ਼ਿਆਦਾ ਲੰਬਾ ਜਾਊਗਾ ਕੰਮ ਪਰ ਜਿੱਥੇ ਗਲਤ ਆ ਉੱਥੇ ਗਲਤ ਵੀ ਆ ਹੈ ਨਾ ਕਾਨੂੰਨ ਨੇ ਆਪਣਾ ਕੰਮ ਕੀਤਾ ਸੱਚਾਈ ਨੇ ਆਪਣਾ ਕੰਮ ਕੀਤਾ ਪਰ ਅੱਜ ਵੀ ਜੇ ਉਹਨਾਂ ਨੂੰ ਥੋੜ੍ਹਾ ਬਹੁਤਾ ਵੀ ਰਿਲਾਈਜ਼ ਹੁੰਦਾ ਕਿਤੇ ਜੇ ਅੱਜ ਵੀ ਉਹਨਾਂ ਨੂੰ ਥੋੜ੍ਹੀ ਬਹੁਤੀ ਵੀ ਰਿਲਾਈਜੇਸ਼ਨ ਹੈਗੀ ਆ ਕਿਤੇ ਵੀ ਹਾਂ ਅਸੀਂ ਗਲਤੀ ਕੀਤੀ ਆ ਉਹ ਆਪਣੀ ਗਲਤੀ ਨੂੰ ਮੰਨਣ ਅਸੀਂ ਭੈਣ ਉਹਨਾਂ ਨੂੰ ਫੋਰਸ ਕਰ ਰਹੇ ਹਾਂ ਵੀ ਜਿਹੜੀ ਮਾਤਾ ਜੀ ਦੀ ਪ੍ਰੋਪਰਟੀ ਆ ਮਾਤਾ ਜੀ ਦੀਆਂ ਪ੍ਰੋਪਰਟੀਆਂ ਜਿਹੜੀਆਂ ਮਾਤਾ ਜੀ ਦੇ ਨਾਂ ਤੋਂ ਲਹਾ ਕੇ ਉਹਨਾਂ ਨੇ ਆਪਣੇ ਨਾਂ 'ਤੇ ਕਰਾ ਲਈਆਂ ਪਲਾਟ ਕੋਠੀਆਂ ਵੀ ਉਹ ਮਾਤਾ ਜੀ ਨੂੰ ਵਾਪਸ ਮਿਲ ਜਾਣ ਭੈਣ ਨੂੰ ਨਹੀਂ ਹਜੇ ਇਸ ਗੱਲ 'ਚ ਵੀ ਐਗਰੀ ਨਹੀਂ ਹੋ ਰਿਹਾ ਕਹਿੰਦੇ ਵੀ ਵੀਰੇ ਅਸੀਂ ਨਹੀਂ ਕੁਛ ਕਹਿਣਾ ਵੀ ਉਹ ਵਾਹਿਗੁਰੂ ਜੀ ਅਸੀਂ ਤਾਂ ਮਾਂ ਦੀ ਚਾਹੁੰਦੇ ਸੀ ਵੀ ਇਹਦੀ ਦੁਰਦਸ਼ਾ ਨਾ ਹੋਵੇ ਬਸ ਅਤੇ ਪਰ ਅਸੀਂ ਬੇਨਤੀ ਕਰਦੇ ਹਾਂ ਹੱਥ ਜੁੜ ਕੇ ਜੇ ਚੰਗੇ ਮੰਨ ਲਓ ਜਿਹੜੇ ਲਾਅ ਦੇ ਜਾਣਕਾਰ ਨੇ ਲੋਕ ਉਹਨਾਂ ਨੂੰ ਬੇਨਤੀ ਹੈ ਸਾਨੂੰ ਥੋੜ੍ਹਾ ਗਾਈਡ ਕਰੋ ਅਸੀਂ ਚਾਹੁੰਦੇ ਹਾਂ ਵੀ ਇਸ ਮਾਂ ਦੀ ਜਿਹੜੀ ਪ੍ਰੋਪਰਟੀ ਆ ਜਿਹੜੀ ਇਹਦੇ ਨਾਂ ਤੋਂ ਲਹਾਈ ਗਈ ਆ ਉਹ ਇਹਨੂੰ ਵਾਪਸ ਇਹਦੇ ਨਾਂ 'ਤੇ ਮਿਲ ਜਾਵੇ ਜਦ ਤੱਕ ਇਹ ਜਿਉਂਦੀ ਆ ਇਹਦੇ ਨਾਂ 'ਤੇ ਹੋਵੇ ਉਸ ਤੋਂ ਬਾਅਦ ਉਹ ਹੈ ਤਾਂ ਉਹਦੀ ਹੀ ਆ ਇੱਥੇ ਕੋਈ ਰਿਵਾਜ਼ ਥੋੜ੍ਹੀ ਵੀ ਧੀਆਂ ਨੇ ਲੈ ਕੇ ਜਾਣਾ ਉਹਨੂੰ ਮਹਾਰਾਜ ਨੇ ਬਹੁਤ ਕੁਝ ਦਿੱਤਾ ਹੋਇਆ ਟਿਮਸੀ ਆਪਣੇ ਘਰੇ ਦੋਨੇ ਹਸਬੈਂਡ ਵਾਈਫ ਲੱਖ ਲੱਖ ਰੁਪਏ ਦੇ ਨੇੜ ਕਮਾਉਂਦੇ ਆ ਬੱਚੇ ਪੜ੍ਹਦੇ ਆ ਘਰ ਵਧੀਆ ਸ਼ਹਿਰ 'ਚ ਕੋਠੀ ਆ ਹੋਰ ਕੀ ਚਾਹੀਦਾ ਹੁੰਦਾ ਬੰਦੇ ਨੂੰ ਅਤੇ ਜੇ ਲਾਲਚ ਹੁੰਦਾ ਤਾਂ ਲਾਲਚ ਸਭ ਤੋਂ ਪਹਿਲਾਂ ਇਹ ਉਸੇ ਪਾਸੇ ਨੂੰ ਤੁਰਦੇ ਅੱਜ ਮਤਲਬ 2.5 ਮਹੀਨਿਆਂ 'ਚ ਉਹਨਾਂ ਨੇ ਇੱਕ ਵਾਰ ਵੀ ਕਦੇ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਬਹਿ ਜਾਓ ਮਾਂ ਤੁਸੀਂ ਕਿਸੇ ਨੇ ਵੀ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਕੀਤੀ ਅਸੀਂ ਹਾਲਾਂਕਿ 2-3 ਵਾਰ ਜ਼ਰੂਰ ਕਿਹਾ ਵੀ ਸਾਨੂੰ ਲੋਕਾਂ ਨੇ ਵੀ ਕਿਹਾ ਬਹੁਤ ਸਾਰਿਆਂ ਨੇ ਵੀ ਮਾਤਾ ਜਿਹੜੀ ਆਸ਼ਾ ਰਾਣੀ ਵਰਮਾ ਦੀ ਜਿਹੜੀਆਂ ਪ੍ਰੋਪਰਟੀਆਂ ਸੀ ਉਹ ਮਾਤਾ ਨੂੰ ਵਾਪਸ ਮਿਲ ਗਈਆਂ ਕਿ ਨਹੀਂ ਮਿਲ ਗਈਆਂ ਉਹ ਲੋਕ ਪੁੱਛਦੇ ਨੇ ਸਵਾਲ ਇਹ ਜੇ ਅਸੀਂ ਇਹ ਜਵਾਬ ਦੇਣਾ ਚਾਹੁੰਦੇ ਨਹੀਂ ਮਿਲੀਆਂ
ਤੇ ਜੇ ਕੋਈ ਭੈਣ ਭਰਾ ਇਹਦੇ ਵਿੱਚ ਸਾਡੀ ਸਪੋਰਟ ਕਰ ਸਕਦਾ, ਅਸੀਂ ਚਾਹੁੰਦੇ ਹਾਂ ਵੀ ਇਹਦੀ ਐਪਲੀਕੇਸ਼ਨ ਲੱਗੇ, ਕਿੱਥੇ ਲੱਗਣੀ ਹੈ ਸਾਨੂੰ ਪਤਾ ਨਹੀਂ, ਤੁਸੀਂ ਗਾਈਡ ਕਰ ਦਿਓ। ਆਪਾਂ ਮਾਤਾ ਜੀ ਵੱਲੋਂ ਅਸੀਂ ਐਪਲੀਕੇਸ਼ਨ ਅਸੀਂ ਸੰਸਥਾ ਵੱਲੋਂ ਲਵਾ ਸਕਦੇ ਹਾਂ ਵੀ ਅਸੀਂ ਚਾਹੁੰਦੇ ਹਾਂ ਵੀ ਇਸ ਮਾਂ ਨੂੰ ਜੇ ਅਸੀਂ ਰੈਸਕਿਊ ਕਰਾਇਆ ਵੀ ਇਹਦਾ ਜਿਹੜਾ ਇਹਦਾ ਬਣਦਾ ਹੱਕ ਇਹਨੂੰ ਮਿਲੇ ਵਾਪਸ। ਤੇ ਉਸ ਤੋਂ ਅਗਲਾ ਜਿਹੜਾ ਅਸੀਂ ਇਹ ਵੀ ਚਾਹੁੰਦੇ ਹਾਂ ਵੀ ਉਹ ਜਿਹੜਾ ਜੇਲ੍ਹ 'ਚ ਬੈਠਾ ਹੁਣ ਉਹ ਵੀ ਬਾਹਰ ਆ ਜਾਵੇ, ਉਹ ਆਪਦੇ ਬੱਚਿਆਂ 'ਚ ਆਵੇ, ਆਪਦੀ ਗਲਤੀ ਰਿਲਾਈਜ਼ ਕਰੇ ਤੇ ਉਸ ਤੋਂ ਬਾਅਦ ਆ ਕੇ ਆਪਦੇ ਮਾਂ ਦੇ ਪੈਰ ਫੜੇ, ਜਿਵੇਂ ਵੀ ਮਾਂ ਕਹੂਗੀ, ਜਿਵੇਂ ਵੀ ਇਹਦੇ ਜਿਹੜੇ ਦਿਲ 'ਤੇ ਪਏ ਹੋਏ ਦਾਗ ਨੇ ਉਹ ਮਿਟ ਸਕਣ। ਕਿਉਂਕਿ ਭੈਣ ਟੈਂਸੀ ਇਹਦੇ ਹਸਬੈਂਡ ਦੱਸਦੇ ਹਟਿਆ ਵੀ ਰਾਤ ਨੂੰ ਉੱਠ ਕੇ ਰੋਣ ਲੱਗ ਜਾਂਦੀ ਹੈ ਹੁਣ ਵੀ, ਹਾਲਾਂਕਿ ਇਹਨੂੰ ਇਸ ਚੀਜ਼ ਲਈ ਤਾਂ ਫਿਰ ਖੁਸ਼ ਹੋਣਾ ਚਾਹੀਦਾ, ਮਾਂ ਵੀ ਮਿਲ ਗਈ ਹੈ, ਪ੍ਰੋਪਰਟੀਆਂ ਵੀ ਇਹਨੂੰ ਮਿਲ ਜਾਣਗੀਆਂ ਫਿਰ ਤਾਂ ਇੱਕ ਦਿਨ। ਪਰ ਉਹ ਅੱਜ ਵੀ ਇਸ ਗੱਲ ਹੀ ਰੋਂਦੇ ਵੀ ਮੇਰਾ ਭਰਾ ਦਾ ਘਰ ਖਰਾਬ ਹੋ ਰਿਹਾ, ਮੇਰੀ ਭਾਬੀ ਹੈ ਜਿਹੜੀ ਉਹ ਬੱਚਿਆਂ ਨੂੰ ਲੈ ਕੇ ਕਿੱਦਾਂ, ਮੰਨ ਲਓ ਅੱਜ ਜਿਹੜੇ ਬੰਦੇ ਅਸਲ ਦੇ ਵਿੱਚ ਜਦੋਂ ਇਸ ਤਰ੍ਹਾਂ ਦੀ ਕੋਈ ਸਮੱਸਿਆ ਆਉਂਦੀ ਆ, ਕਿਸੇ ਵੀ ਤਰ੍ਹਾਂ ਦੀ ਫੈਮਿਲੀ 'ਚ ਡਿਸਪਿਊਟ ਪੈਂਦਾ, ਜਿਹਦੇ ਵਿੱਚ ਵਿਚੋਲੇ ਹੁੰਦੇ ਆ ਨਾ, ਜਿਹਦੇ ਵਿੱਚ ਰਿਸ਼ਤੇਦਾਰ ਹੁੰਦੇ ਸਾਂਝੇ, ਜਿਨ੍ਹਾਂ ਨੇ ਸਾਂਝੀ ਗੱਲ ਕਰਕੇ ਇਹਦਾ ਸਹੀ ਹੱਲ ਕੱਢਣਾ ਹੁੰਦਾ, ਉਹਨਾਂ 'ਤੇ ਬਹੁਤ ਕੁਛ ਮੈਟਰ ਕਰਦਾ ਹੁੰਦਾ, ਜੇ ਉਹ ਚੰਗੇ ਲੋਕ ਵਿੱਚ ਪੈ ਕੇ ਇਸ ਚੰਗੇ ਪਾਸੇ ਨੂੰ ਲੈ ਜਾਣ ਇਸ ਗੱਲ ਨੂੰ। ਪਰ ਹਾਲਾਂਕਿ ਹਜੇ ਤਾਂ ਰਿਸ਼ਤੇਦਾਰ ਵੀ ਬਹੁਤ ਸਾਰੇ ਅੰਗੇਜ਼ ਨੇ ਉਹਦੇ ਵੀ ਉਹਨੇ ਗਲਤ ਕੀਤਾ, ਕੋਈ ਉਹਦੇ ਨਾਲ ਹੀ ਨਹੀਂ ਖੜ ਕੇ ਰਾਜੀ। ਇੱਕ ਲੋ ਆ, ਖੁਦ ਉਹ ਲੋਇਰ ਆ ਬੰਦਾ, ਉਹਨੂੰ ਹਜੇ ਤੱਕ ਕੋਈ ਵਕੀਲ ਹੀ ਨਹੀਂ ਮਿਲ ਰਿਹਾ ਵੀ ਜਿਹੜਾ ਉਹਦੀ ਖਾਤਰ ਲੜਾਈ ਲੜ ਸਕੇ ਉਹਦੀ, ਕਿਉਂਕਿ ਉਹਨੇ ਕੰਮ ਹੀ ਇਸ ਤਰ੍ਹਾਂ ਦਾ ਕੀਤਾ। ਪਰ ਉਹਨਾਂ ਦੇ ਬੱਚਿਆਂ ਨੂੰ, ਉਹਨਾਂ ਦੇ ਵਾਈਫ ਨੂੰ, ਉਹਨਾਂ ਦੇ ਪਰਿਵਾਰ ਨੂੰ ਹਜੇ ਵੀ ਰਿਅਲਾਈਜੇਸ਼ਨ ਨਹੀਂ, ਹਜੇ ਵੀ ਉਹ ਇਸ ਗੱਲ 'ਤੇ ਗੱਲ ਕਰ ਰਹੇ ਨੇ ਵੀ ਜੀ ਇਹ ਤਾਂ ਪ੍ਰੋਪਰਟੀ ਦਾ ਮਤਲਬ ਭਾਈ। ਉਹ ਵੀਡੀਓ ਦੇਖੋ, ਪ੍ਰੋਪਰਟੀ ਦੀ ਤਾਂ ਗੱਲ ਹੀ ਖਤਮ ਹੋ ਗਈ ਉੱਥੇ। ਠੀਕ ਆ, ਭੈਣਾਂ ਭਰਾਵਾਂ ਦਾ ਆਸ ਵਿੱਚ ਹੋ ਸਕਦਾ ਕਿਤੇ ਗੱਲ ਹੋਈ ਹੋਵੇ ਇਸ ਗੱਲ ਨੂੰ ਲੈ ਕੇ, ਰੌਲਾ ਪਿਆ ਹੋਵੇ, ਗੁੱਸਾ ਗਿੱਲਾ ਹੋਇਆ ਹੋਵੇ, ਪਰ ਅੱਜ ਜਿਹੜਾ ਮਸਲਾ ਅੱਜ ਇਸ ਮਾਂ ਨੂੰ ਇਨਸਾਫ ਦਿਵਾਉਣ ਦਾ ਅਤੇ ਉਹ ਮਿਲ ਗਿਆ। ਹੁਣ ਆਪਾਂ ਅਗਲਾ ਸਟੈਪ ਆ ਜਿਹੜਾ ਉਹ ਲਈਏ ਵੀ ਇੱਕ ਤਾਂ ਇਸ ਮਾਂ ਦੀ ਪ੍ਰੋਪਰਟੀ ਨੂੰ ਇਹ ਵਾਪਸ ਦਿੱਤੀ ਜਾਵੇ, ਇਹਨੂੰ ਇਹਦਾ ਜੋ ਵੀ ਇਹ ਤੋਂ ਖੋਇਆ ਗਿਆ ਵਾ। ਇੱਕ ਉਹ ਬਾਹਰ ਆਵੇ, ਉਹਨੂੰ ਬਾਕੀ ਤਾਂ ਕਾਨੂੰਨ ਨੇ ਕਰਨਾ ਜੋ ਵੀ, ਪਰ ਅਸੀਂ ਦਰਖਾਸਤ ਕਰਦੇ ਹਾਂ ਆਪਣੇ ਇਸ ਮੰਚ ਤੋਂ ਵੀ ਉਹਦੀਆਂ ਜਿਹੜੀਆਂ ਕੋਰਟ ਰਾਹੀਂ ਜਿਹੜੀਆਂ ਬਣਦੀਆਂ ਲਿਟੀਗੇਸ਼ਨ ਉਹ ਚੱਲੂਗੀ, ਉਹਨੂੰ ਜ਼ਮਾਨਤ ਮਿਲ ਜਾਵੇ, ਘੱਟੋ ਘੱਟ ਆ ਕੇ ਫੇਸ ਕਰੇ, ਆ ਕੇ ਆਪਣੀ ਉਸ ਕੀਤੀ ਹੋਈ ਗਲਤੀ ਨੂੰ ਉਹ ਰਿਅਲਾਈਜ਼ ਕਰੇ। ਅਤੇ ਮਾਤਾ ਜੀ ਦੇ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਮੇਰੀ ਮਾਂ ਨੂੰ, ਆਸ਼ਾ ਰਾਣੀ ਵਰਮਾ ਜੀ ਨੂੰ ਵੀ, ਮੇਰੀ ਮਾਂ ਸੁਖਦਰਸ਼ਨ ਕੌਰ ਨੂੰ ਵੀ। ਅੱਜ ਇਹ ਸਾਡੀਆਂ ਦੋਨੇ ਮਾਵਾਂ ਦਾ ਇੱਕੋ ਦਿਨ ਜਨਮ ਦਿਨ ਆ। ਦੇਖੋ ਕਿੱਦਾਂ ਇਹ ਸਬੱਬ ਬਣਦੇ ਆ, ਜਨਮ ਦੇਣ ਵਾਲੀ ਮਾਂ ਦਾ ਅਤੇ ਸਾਡੀ ਉਸ ਮਾਂ ਦਾ ਜਿਹਨੂੰ ਜਨਮ ਦੇਣ ਵਾਲੇ ਨੇ ਆਪਣੀ ਗਲਤੀ ਕਰਕੇ ਸਾਡੇ ਨਾਲ ਉਹਦਾ ਮੇਲ ਕਰਾਇਆ, ਅਤੇ ਅਸੀਂ ਅੱਜ ਇੱਕੋ ਦਿਨ ਜਨਮ ਦਿਨ ਮਨਾ ਰਹੇ ਹਾਂ। ਅਤੇ ਬਿਮਲਵੀਰ ਜੀ ਦਾ ਤਾਂ, ਟਿਮਸੀ ਭੈਣ ਦਾ, ਬੱਚਿਆਂ ਦਾ ਤਾਂ ਸ਼ੁਕਰੀਆ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ, ਕਿਉਂਕਿ ਅਸੀਂ ਜਦ ਵੀ ਗੱਲ ਕਰੀ ਵੀਡੀਓ ਕਾਲ 'ਤੇ ਵੀ ਮਾਂ ਨਾਲ, ਮਾਂ ਖੁਸ਼ ਹੁੰਦੇ ਸੀ ਪੂਰੇ, ਅਤੇ ਉਹਦੇ ਚਿਹਰੇ ਦੀ ਉਹ ਰੌਣਕ ਦੱਸਦੀ ਆ ਅੱਜ ਵੀ ਅੱਜ ਵੀ ਉਹ ਮੇਰੀ ਮਾਂ ਘੱਟੋ ਘੱਟ ਉਸ ਤਕਲੀਫ 'ਚੋਂ ਬਾਹਰ ਨਿਕਲ ਕੇ ਖੁਸ਼ ਆ, ਪਰ ਅੰਦਰ ਅਚੇਤ ਮਨ 'ਚ ਕਿਤੇ ਨਾ ਕਿਤੇ ਮਾਂ ਲਈ, ਮਾਂ ਦੇ ਵੀ ਪੁੱਤ ਦਾ ਜਿਹੜਾ ਦਰਦ ਆ। ਹਾਲਾਂਕਿ ਪੁੱਛਿਆ ਗਿਆ ਮਾਤਾ ਤੋਂ ਕਈ ਵਾਰ, ਮਾਤਾ ਉਸ ਟੌਪਿਕ ਦੇ ਉੱਤੇ ਕੋਈ ਵੀ ਉਹ ਨਹੀਂ ਕਹਿਣਾ ਚਾਹੁੰਦੇ, ਗੱਲ ਹੀ ਨਹੀਂ ਕਰਨਾ ਚਾਹੁੰਦੇ, ਪਰ ਅਸੀਂ ਬੇਨਤੀ ਕਰਦੇ ਹਾਂ ਸੰਗਤ ਨੂੰ, ਅਰਦਾਸ ਕਰਿਓ ਸਾਡੀ ਮਾਂ ਲਈ ਵੀ, ਇਹਦੇ ਪਰਿਵਾਰ ਲਈ ਵੀ।